ਹਾਂਜੀ ਲਿਆਓ ਹੋਰ ਆ ਜਾਓ। ਲੈ ਲੈ ਅੱਗੇ ਲੈ ਜਾਓ ਉਹਦੇ ਪਿੱਛੇ ਪਿਛਲੇ ਦਿਨੀ ਮਕੇਰੀਆਂ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਵਾਰਦਾਤ ਹੋਈ ਸੀ। ਮਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਦੇ ਬਿਲਕੁਲ 200-300 ਮੀਟਰ 'ਤੇ ਇਹ ਸ਼ੋਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ। ਪੈਸੇ ਪਲੱਸ ਗੋਲਡ ਸਨੈਚਿੰਗ ਕਰਕੇ ਲੈ ਗਏ, ਜੋ ਉਹਨਾਂ ਨੇ 20-25 ਤੋਲੇ ਸੋਨਾ ਲਿਖਾਇਆ ਸੀ, ਹੋਰ ਗੋਲਡ ਲਿਖਾਇਆ ਸੀਗਾ ਔਰ ਕੈਸ਼ ਲਿਖਾਇਆ ਸੀਗਾ। ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਔਲਰੇਡੀ ਲੱਗੀਆਂ ਹੋਈਆਂ ਸੀਗੀਆਂ। ਇਸੇ ਦੌਰਾਨ ਹੀ ਅਸੀਂ ਇੱਕ FIR ਨੰਬਰ 143 ਦਰਜ ਕੀਤੀ ਇੱਥੇ ਹੁਸ਼ਿਆਰਪੁਰ। ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ। ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇੰਟੈਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ 'ਚ ਜਿਹੜੀਆਂ ਗੱਲਾਂ ਦੱਸੀਆਂ ਸਾਨੂੰ ਹੈਰਾਨੀਜਨਕ ਸੀਗੀਆਂ। ਉਹਦੇ ਵਿੱਚ ਇਹਨਾਂ ਨੇ ਇਸ ਸ਼ੋਪ ਦੇ ਓਨਰ ਨੇ ਆਪ ਹੀ ਪਲੈਨ ਕਰਕੇ ਇਹ ਜਿਹੜੀ ਫਰੌਤੀ ਵਾਰਦਾਤ ਸੀ ਜਿਹੜੀ ਖੋਹ ਦੀ ਕੀਤੀ ਹੈ, ਉਹਨੇ ਆਪ ਹੀ ਪਲੈਨ ਕੀਤਾ ਸੀਗਾ ਜੋੜੇ ਨੇ, ਅਤਿਨ ਜੋੜੇ ਨੇ। ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ, ਅਭਿਸ਼ੇਸ਼ ਰਾਣਾ, ਪ੍ਰਹਲਾਦ ਸਾਹਿਲ ਅਤੇ ਰੋਹਿਤ ਹਾਂਡਾ ਐਂਡ ਅਤਿਨ ਜੋੜਾ, ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਾਲੇ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ। ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ, ਟੋਟਲ 6 ਲੱਖ ਦਿੱਤਾ, ਇਹ 6 ਲੱਖ 'ਚੋਂ 3 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਆ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ, ਪਲੱਸ ਜਿਹੜਾ DVR ਇਹ ਲਾ ਕੇ ਲਗਾਏ ਸੀ ਉੱਥੋਂ ਸ਼ੋਪ ਤੋਂ, ਉਹ DVR ਵੀ ਰਿਕਵਰ ਹੋ ਗਿਆ। ਬੇਸਿਕਲੀ ਜਦੋਂ ਇਹ ਵਾਰਦਾਤ ਕਰਨ ਨੂੰ ਕਹਿ ਰਿਹਾ ਸੀਗਾ ਤਾਂ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਹਦੇ 'ਚ ਬੈਨੀਫਿਟ ਹੋਏਗਾ, ਵੀ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ, ਅਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਅਤੇ ਮੇਰੀ ਦੁਕਾਨ 'ਤੇ ਤੁਸੀਂ ਵਾਰਦਾਤ ਕਰੋ ਅਤੇ ਮੈਂ ਤੁਹਾਨੂੰ ਪੈਸੇ ਦਊਂਗਾ। ਉਹਦਾ ਰੀਜ਼ਨ ਸੀਗਾ ਮੇਨ, ਇਹਦੀ ਇੱਕ ਲਿਮਿਟ ਚੱਲ ਰਹੀ ਹੈਗੀ ਆ ਬੈਂਕ 'ਚ, ਅਪਰੋਕਸੀਮੇਟਲੀ 30 ਲੱਖ ਦੇ ਲਾਗੇ ਹੈਗੀ ਆ ਲਿਮਿਟ ਉਹ, ਔਰ ਇਹਨੇ ਇੰਸਟਾਗ੍ਰਾਮ 'ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਿਟ ਚੱਲਦੀ ਹੋਵੇ ਤਾਂ ਉਹਨੇ ਘਰ ਚੋਰੀ ਹੋ ਜਾਵੇ, ਉਹਦੀ ਸ਼ੋਪ 'ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਾਂ ਬੈਂਕ ਉਹਨੂੰ ਐਕਸਟੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ, ਫਿਰ ਕੋਈ ਉਤਕੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ। ਜਿਊਲਰੀ ਜਿਹੜੀ ਆ ਜਿਹੜੀ ਹੁਣ ਵੀ ਇੰਟੈਰੋਗੇਸ਼ਨ 'ਚ ਆਈ ਆ ਉਹ ਸੀਗੀ ਆਰਟੀਫਿਸ਼ਲ ਜਿਊਲਰੀ ਸੀਗੀ, ਜਿਹੜੀ ਓਰਿਜਨਲ ਸੀਗੀ ਇੱਕ ਚੇਨ ਸੀਗੀ 1.5 ਤੋਲੇ ਦੀ ਔਰ ਇੱਕ ਮੁੰਦਰੀ ਹੈਗੀ ਸੀ 1.5 ਤੋਲੇ ਦੀ। ਇਹਨਾਂ ਵਿੱਚੋਂ ਜਿਹੜਾ ਤਾਂ ਹੈਗਾ ਰਾਣਾ ਹੈਗਾ, ਇਹ ਲੜਾਈਆਂ ਝਗੜਿਆਂ ਦੀ ਇਹਦੇ ਵਾਰਦਾਤਾਂ ਹੈਗੀਆਂ, ਪਲੱਸ ਜਿਹੜਾ ਰੋਹਿਤ ਹਾਂਡਾ ਆ ਇਹਦੇ 'ਤੇ ਮਰਡਰ ਦਾ
ਅਤੇ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਆ ਔਰ ਇਹਦੇ ਤੋਂ ਹੀ ਇਹ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਇਲੀਗਲ ਵੈਪਨ ਸਾਨੂੰ ਇਹਦੇ 'ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਉਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ 'ਚ ਇਹ ਕਿਊ ਸੀਗਾ ਸਾਡਾ ਇਹ ਉਦੋਂ ਜੇਲ੍ਹ 'ਚ ਹੁਣ ਬਾਹਰ ਆਇਆ ਹੋਇਆ ਅਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ 'ਚ ਹੁਸ਼ਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ 'ਤੇ ਸਾਡੀ ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਅਤਿਨ ਜਿਹੜਾ ਅਤਿਨ ਦਾ ਦੋਸਤ ਪ੍ਰਹਲਾਦ ਹੈਗਾ ਪ੍ਰਹਲਾਦ ਦਾ ਦੋਸਤ ਰਾਣਾ ਹੈਗਾ ਰਾਣਾ ਹਾਂਡੇ ਦਾ ਨੋਨ ਹੈਗਾ ਇਹ ਗਾਂ ਤੋਂ ਗਾਂ ਤਾਲਮੇਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੂਜੇ ਨੂੰ ਨਹੀਂ ਜਾਣਦਾ ਉਹ ਪ੍ਰਹਲਾਦ ਨੂੰ ਜਾਣਦਾ ਪ੍ਰਹਲਾਦ ਰਾਣੇ ਨੂੰ ਜਾਣਦਾ ਇਸ ਤਰ੍ਹਾਂ ਇਹ ਚੇਨ ਬਣੀ ਹੋਈ ਯੈਸ ਯੈਸ ਟੋਟਲ ਕਿੰਨੇ ਬੰਦੇ ਨੇ ਸੀਗੇ ਤੇ ਕਿੰਨੇ ਗ੍ਰਿਫਤਾਰ ਕਰ ਲਏ ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗਾਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ ਪਿੱਛੇ ਪਿੱਛੇ ਪੈਸੇ ਰਹਿ ਗਏ ਕਿਸੇ ਨੇ 1 ਲੱਖ ਪਹਿਲਾਂ ਹੀ ਰੱਖ ਲਿਆ ਕਿਸੇ ਨੇ 50,000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਪਾਸੇ ਹੰਡਰਡ ਪਰਸੈਂਟ ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਆ ਬਹੁਤ ਹੀ ਵਧੀਆ ਕੁਆਲਿਟੀ ਦਾ ਵੈਪਨ ਹੈਗਾ ਆ ਔਰ ਕਿੱਥੋਂ ਕਿਹੜੇ ਸੋਰਸਿਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਆਇਆ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰੋਕਸੀਮੇਟਲੀ 4 ਸਾਲ ਪਹਿਲਾਂ ਅਤੇ ਇਹੀ ਆਪ ਹੀ ਸ਼ੋਪ ਚਲਾ ਰਿਹਾ ਆ ਅਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਨਹੀਂ ਹਾਲੇ ਤੱਕ ਦੀ ਇਨਵੈਸਟੀਗੇਸ਼ਨ 'ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਜੇ ਇਨਵੈਸਟੀਗੇਸ਼ਨ ਚਾਹੇਗਾ ਤਾਂ ਕਰਾਂਗੇ 3 ਲੱਖ ਹੋ ਗਿਆ ਰਿਕਵਰ ਬਾਕੀ ਹਾਲੇ ਸਾਡੀ ਪੈਂਡਿੰਗ ਹੈ ਜੀ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਤੁਸੀਂ ਸ਼ਾਇਦ ਲੇਟ ਆਏ ਜੀ ਓਕੇ ਠੀਕ ਹੈ ਸਰ।